ਸਾਡੇ ਨੋਟਿਸ 'ਚ ਆਇਆ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਂ 'ਤੇ ਕੁਝ ਲੋਕ ਜਿਹੜੇ ਨੇ ਉਹ ਅਗਰਾਈ ਕਰਦੇ ਨੇ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸਾਹਿਬ ਵੱਲੋਂ, ਸਰਦਾਰ ਸੁਲੱਖਣ ਸਿੰਘ ਵੱਲੋਂ ਜਾਂ ਪ੍ਰਬੰਧ ਵੱਲੋਂ ਕਿਸੇ ਨੂੰ ਵੀ ਇਹ ਆਗਿਆ ਨਹੀਂ ਦਿੱਤੀ ਜਾਂਦੀ, ਨਾ ਅਸੀਂ ਕਿਸੇ ਕਿਸਮ ਦੀ ਅਗਰਾਈ ਜਿਹੜੀ ਆ ਸੰਗਤਾਂ ਪਾਸੋਂ ਕਰਦੇ ਹਾਂ। ਇਸ ਤਰ੍ਹਾਂ ਜਿਹੜੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸੰਗਤਾਂ ਰਸਦ ਭੇਟ ਕਰਦੀਆਂ ਨੇ ਜਾਂ ਡੋਨੇਸ਼ਨ ਦਿੰਦੀਆਂ ਨੇ, ਉਹਦੀ ਬਕਾਇਦਾ ਉਹ ਰਸੀਦ ਪ੍ਰਾਪਤ ਕਰਦੀਆਂ ਨੇ। ਸਾਡੀ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਂ 'ਤੇ ਕਿਸੇ ਕਿਸਮ ਦੀ ਅਗਰਾਈ ਲਈ ਅਸੀਂ ਕਿਸੇ ਨੂੰ ਆਥੋਰਾਈਜ਼ ਨਹੀਂ ਕੀਤਾ ਹੈਗਾ, ਇਹ ਅਗਰਾਈ ਇੱਦਾਂ ਨਾ ਦਿੱਤੀ ਜਾਵੇ। ਜਿਨ੍ਹਾਂ ਨੇ ਸ਼ਰਧਾ ਸਤਿਕਾਰ ਭੇਟ ਕਰਨਾ ਵਾ, ਦਾਨ ਦਸਵੰਧ ਦੇਣਾ ਵਾ, ਉਹ ਹਰਿਮੰਦਰ ਸਾਹਿਬ ਆਣ ਕੇ ਦੇਣ ਜਾਂ ਸਾਡੇ ਕੈਸ਼ੀਅਰ ਕੋਲ ਪੈਸੇ ਜਮ੍ਹਾਂ ਕਰਾ ਕੇ ਰਸੀਦ ਪ੍ਰਾਪਤ ਕਰਨ।